हेलो जी, सात संगत जी, सत श्री अकाल जी। वाहेगुरु जी का खालसा, वाहेगुरू जी की फतेह। आप चले हम गुरद्वारा साहब। अज हो गई 22 तरीक, न्यूजीलैंड शाम का टाइम है, 7:15 हो गए। पर ना अच ना हमें कैमरे से देख रहे हैं, वीडियो चो सेट ही नहीं आता पे। दिखाने थानू अज का दीवान, उत्थे शब्द वगैरह शब्द का सरबंध कराने थानू सारे नू। वीडियो पावे फिर देखियो जी सारे। गल तो बन गई, परना बन हो गया अपना 7 मीटर का परना सारा मेरा। मेरे परने लगभग सारे 7 मीटर के ही आ। बिना दशमेश जदों चाई चाई आन गे, आज कितों हाका मार उना नू बलोन गे। बिना दशमेश वाहिगुरु जी। राम कली महला तीजा, आनंद एक ओंकार सतगुरु।
प्रसाद आनंद पिया मेरी माई सतगुरु मैं पाया ਪੂਰਨ ਪੈਜ ਰਖਾਈ
कर सेवा सेवक प्रभ अपने जिन मन की इच्छ पुजाई नानक दास का कै बलिहार जिन पूरन बैज रखाई वाहिगुरु जी का खालसा वाहिगुरु जी की फतेह। आओ गुरु की साध संगत जी सतगुरु जी की मेहर का सदका शामा दे दीवान सजे हैं ਅਤੇ ਪਾਵਨ ਹੁਕਮਨਾਮੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੇ ਹਨ। ਪ੍ਰਭ ਕੀ ਸ਼ਰਨ ਸਗਲ ਭੈ ਲਾਥੇ ਦੁੱਖ ਬਿਨਸੇ ਸੁਖ ਪਾਇਆ ਦਿਆਲ ਹੋਵਾ ਪਾਰ ਬ੍ਰਹਮ ਸੁਆਮੀ ਪੂਰਾ ਸਤਿਗੁਰ ਧਿਆਇਆ ਪ੍ਰਭੂ ਦੀ ਸ਼ਰਨ ਵਿੱਚ ਆਇਆ ਆਪਣੇ ਗੁਰੂ ਪਰਮੇਸ਼ਰ ਦੀ ਸ਼ਰਨ ਵਿੱਚ ਆਇਆ ਸਾਰੇ ਹੀ ਭੈ ਦੂਰ ਹੋ ਜਾਂਦੇ ਹਨ ਸਾਰੇ ਹੀ ਡਰ ਲੱਥ ਜਾਂਦੇ ਹਨ ਦੁੱਖ ਬਿਰਸੇ ਸੁੱਖ ਪਾਇਆ ਦੁੱਖ ਬਿਰਸ ਜਾਂਦੇ ਹਨ ਦੁੱਖਾਂ ਦਾ ਨਾਸ ਹੋ ਜਾਂਦਾ ਹੈ ਅਤੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਦਿਆਲ ਹੋਵਾ ਪਾਰ ਬ੍ਰਹਮ ਸੁਆਮੀ ਪੂਰਾ ਸਤਿਗੁਰ ਧਿਆਇਆ ਅਤੇ ਜਿਸ ਜੀਵ ਦੇ ਉੱਤੇ ਪਰਮਾਤਮਾ ਦਿਆਲ ਹੁੰਦਾ ਹੈ ਉਹਨੂੰ ਪੂਰੇ ਗੁਰਾਂ ਦੀ ਪ੍ਰਾਪਤੀ ਹੁੰਦੀ ਹੈ ਪੂਰੇ ਗੁਰਾਂ ਦੀ ਸ਼ਰਨ ਵਿੱਚ ਆ ਕੇ ਉਹ ਨਾਮ ਜਪਦਾ ਹੈ ਅਤੇ ਪੂਰਾ ਗੁਰੂ ਉਹਦੀ ਗੱਦੀ ਕਰ ਦਿੰਦਾ ਹੈ ਉਹਦਾ ਪਰਮਾਤਮਾ ਦੇ ਨਾਲ ਮਿਲਾਪ ਕਰਵਾ ਦਿੰਦਾ ਹੈ ਇਹ ਪਾਵਨ ਹੁਕਮਨਾਮੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੇ ਹਨ ਸੋ ਬੇਨਤੀਆਂ ਹਨ ਸਾਧ ਸੰਗਤ ਜੀ ਕੱਲ੍ਹ ਸ਼ਾਮ ਦੇ ਦੀਵਾਨ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦੀ ਸ਼ਹੀਦੀ ਦੇ ਸੰਬੰਧ ਵਿੱਚ ਸੱਜਣਗੇ ਉਪਰੰਤ ਪਰਸੋਂ ਦੁਪਹਿਰ ਦੇ ਦੀਵਾਨ ਵੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਹੋਣਗੇ ਤੁਰਕੀ ਬਾਣੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਜਿਨ੍ਹਾਂ ਦੇ ਭੋਗ ਪਾਏ ਜਾਣਗੇ ਉਪਰੰਤ ਬੱਚਿਆਂ ਦੇ ਦੀਵਾਨ ਸੱਜਣਗੇ ਬੱਚਿਆਂ ਨੇ ਵੀ ਕੀਰਤਨ ਕਰਨਾ ਹੈ ਕਥਾ ਵਿਚਾਰਾਂ ਵੀ ਹੋਣਗੀਆਂ ਸ਼ਬਦ ਗੁਰਬਾਣੀ ਕੀਰਤਨ ਵੀ ਹੋਣਗੇ ਅਤੇ ਬੱਚਿਆਂ ਨੇ ਪਵਿਸ਼ਰੀ ਵੀ ਕਰਨੀ ਹੈ ਸੋ ਬੇਨਤੀ ਹੈ ਜੀ ਕੱਲ੍ਹ ਸ਼ਾਮ ਦੇ ਦੀਵਾਨਾਂ ਵਿੱਚ ਅਤੇ ਪਰਸੋਂ ਦੁਪਹਿਰ ਦੇ ਦੀਵਾਨਾਂ ਵਿੱਚ ਜ਼ਰੂਰ ਹੁੰਮ ਹੁੰਮਾ ਕੇ ਪੁੱਛਣਾ ਕੱਲ੍ਹ ਸ਼ਾਮ ਨੂੰ ਰਾਤ ਨੂੰ ਤਕਰੀਬਨ 8 ਵਜੇ ਸ਼ਾਮ ਤੱਕ ਦੀਵਾਨ ਸੱਜਣਗੇ 8 ਵਜੇ ਸ਼ਾਮ ਨੂੰ ਸ਼੍ਰੀ ਅਨੰਦ ਸਾਹਿਬ ਜੀ ਦਾ ਪਾਠ ਕਰਕੇ ਸਮਾਪਤੀ ਕਰਾਂਗੇ ਅਤੇ ਪਰਸੋਂ ਦੁਪਹਿਰੇ 12:30 ਵਜੇ ਤੱਕ 1:45 ਵਜੇ ਤੱਕ ਸਮਾਪਤੀ ਹੋਏਗੀ ਬੇਨਤੀ ਪ੍ਰਵਾਨ ਕਰਨੀ ਜੀ ਆਪ ਵੀ ਆਉਣਾ ਅਤੇ ਹੋਰ ਵੀ ਸੰਗਤ ਨੂੰ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਵੀ ਦੱਸਣਾ ਤਾਂ ਕਿ ਸਾਰਿਆਂ ਦੀ ਹਾਜ਼ਰੀ ਲੱਗੇ ਸਾਰਿਆਂ ਦਾ ਸਤਿਗੁਰੂ ਜੀ ਅੱਗੇ ਸਮਾਂ ਸਫਲ ਹੋਵੇ ਸਤਨਾਮ ਵਾਹਿਗੁਰੂ 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 ਸਤਨਾਮ ਵਾਹਿਗੁਰੂ
सतनाम वाहे गुरु 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 सतनाम वाहे गुरु